ਜਿਹੜੇ ਹੋਰ ਵੀ ਨੇ ਦੁਪਹਿਰ ਨੂੰ ਸਮੈਕ ਪੀਂਦੇ ਨੇ ਜੀ ਮੁੰਡੇ ਬੈਠ ਕੇ ਉੱਤੇ ਉਹ ਉੱਤੇ ਸਟੇਜ ਦੇ ਉੱਤੇ ਜੀ ਪਾਣੀ ਦਾ ਰੱਖਣ ਇੱਥੇ ਨਸ਼ੇ ਕਰਨ ਵਾਲੇ ਸਰਿੰਜਾਂ ਪਈਆਂ ਪਿੱਛੇ ਤੇ ਇੱਥੇ ਨਸ਼ੇੜੀ ਟਾਈਪ ਦੇ ਜਿਹੜੇ ਮੁੰਡੇ ਨੇ ਉਹ ਵੀ ਇੱਥੇ ਆ ਕੇ ਰਾਤ ਨੂੰ ਨਸ਼ਾ ਕਰਦੇ ਨੇ ਮਤਲਬ ਕੋਈ ਮੇਰਾ ਨਾਮ ਬਲਜੀਤ ਸਿੰਘ ਟੋਨੀ ਕਬੱਡੀ ਕੋਚ ਮਾਛੋਵਾਲਾ ਸਾਹਿਬ ਹਾਂਜੀ ਕਿੰਨੇ ਟਾਈਮ ਤੋਂ ਤੁਸੀਂ ਉਰੇ ਕੋਚਿੰਗ ਕਰਵਾ ਰਹੇ ਹੋ ਬੱਚਿਆਂ ਨੂੰ ਮੈਨੂੰ ਹੋ ਗਿਆ ਜੀ ਤਕਰੀਬਨ 17-18 ਸਾਲ ਹੋ ਗਏ ਜੀ ਮੈਂ ਪਹਿਲਾਂ ਲਕਸ਼ਮੀ ਮਾਰਕੀਟ ਜਿਹੜਾ ਆਪਣਾ ਸਕੂਲ ਦਾ ਗਰਾਊਂਡ ਸੀ ਉੱਥੇ ਕਰਾਉਂਦਾ ਸੀ ਉਹ ਤੋਂ ਬਾਅਦ ਜਦੋਂ ਇਹ ਸਟੇਡੀਅਮ ਬਣ ਗਿਆ ਇੱਥੇ ਕਰਾਉਣ ਲੱਗ ਗਿਆ ਜੀ ਕੀ ਕਹਿਣਾ ਚਾਹੋਗੇ ਇਸ ਸਟੇਡੀਅਮ ਦੇ ਬਾਰੇ ਇਸ ਸਟੇਡੀਅਮ ਦੇ ਬਾਰੇ ਜਦੋਂ ਅਕਾਲੀ ਸਰਕਾਰ ਸੀ ਉਦੋਂ ਬਹੁਤ ਵਧੀਆ ਹਾਲਾਤ ਸੀ ਜੀ ਹੁਣ ਜਦੋਂ ਦੀ ਕਾਂਗਰਸ ਸਰਕਾਰ ਆਈ ਹੈ ਸਾਡੇ ਸਟੇਡੀਅਮ ਦੀ ਪੁੱਛ ਨਹੀਂ ਹੋਈ ਜੀ ਕਿਸੇ ਪ੍ਰਸ਼ਾਸਨ ਨੇ ਨਹੀਂ ਸਾਡੀ ਸੁਣੀ ਪ੍ਰਧਾਨ ਸਾਹਿਬ ਨੇ ਵੀ ਨਹੀਂ ਸੁਣੀ ਹੋਰ ਕਿਸੇ ਨੇ ਵੀ ਨਹੀਂ ਸੁਣੀ ਜੀ ਅਸੀਂ ਐਪਲੀਕੇਸ਼ਨਾਂ ਵੀ ਦਿੱਤੀਆਂ ਨੇ ਪਲੇਅਰਾਂ ਨੂੰ ਫੁੱਟਬਾਲ ਦੇ ਪਲੇਅਰ ਅਸੀਂ 250 ਮੁੰਡਾ ਲੈ ਕੇ ਪੇਸ਼ ਵੀ ਹੋਏ ਹਾਂ ਲੇਕਿਨ ਸਾਡੀ ਮੋਟਰ ਲਵਾਈ ਸੀ ਅਸੀਂ ਬੋਰ ਕਰਵਾ ਕੇ ਦਿੱਤਾ ਸੀ ਸਾਨੂੰ ਕਮੇਟੀ ਨੇ ਤਾਂ ਆਹ ਮੁੰਡਿਆਂ ਨੇ ਆਪਣੇ ਪੱਲਿਓ ਪੈਸੇ ਖਰਚ ਕੇ ਫੁੱਟਬਾਲ ਵਾਲਿਆਂ ਨੇ ਸਾਰਿਆਂ ਨੇ ਤਾਂ ਮੋਟਰ ਆਪ ਪੱਲਿਓ ਪਾਈ ਹੈ ਜੀ ਅਤੇ ਆਹ ਪਾਈ ਉਹ ਸਾਨੂੰ ਉਹਨਾਂ ਨੇ ਇੱਕ ਹਫ਼ਤੇ ਦਾ ਟਾਈਮ ਲਿਆ ਸੀ ਵੀ ਅਸੀਂ ਤੁਹਾਨੂੰ ਮੋਟਰ ਲਵਾਵਾਂਗੇ ਜੀ ਠੀਕ ਹੈ ਜੀ ਲੇਕਿਨ ਨਹੀਂ ਲਵਾ ਕੇ ਦਿੱਤੀ ਜੀ ਹੁਣ ਸਾਡੀ ਮੋਟਰ ਇੱਕ ਦੀ ਆਪਣੇ ਪੱਲਿਓ ਚੱਲ ਰਹੀ ਹੈ ਬਾਕੀ ਲਾਈਟਾਂ ਦਾ ਬਹੁਤ ਬੁਰਾ ਹਾਲ ਹੈ ਜੀ ਹਾਂ ਮੈਂ ਹਜੇ ਪਿਛਲੇ ਹਫ਼ਤੇ ਜਾ ਕੇ ਆਇਆ ਜੀ ਈਓ ਸਾਹਿਬ ਨੂੰ ਮਿਲ ਕੇ ਆਇਆ ਆਪਣੇ 16 ਲਾਈਟਾਂ ਨੇ ਜਿਹ 'ਚੋਂ 4 ਲਾਈਟਾਂ ਚੱਲ ਰਹੀਆਂ ਨੇ ਪਹਿਲਾਂ 2 ਚੱਲਦੀਆਂ ਸੀ ਹੁਣ 4 ਚੱਲਦੀਆਂ ਹੋਈਆਂ ਨੇ ਠੀਕ ਹੈ ਜੀ ਜਿਹੜਾ ਲਾਈਟਾਂ ਦਾ ਇੰਚਾਰਜ ਆ ਸਤਨਾਮ ਸਿੰਘ ਆ ਉਹਨੂੰ ਅਸੀਂ ਭਰਾਵਾਂ ਤੌਰ 'ਤੇ ਵਾਰ ਵਾਰ ਫੋਨ ਕਰੀਦਾ ਲੇਕਿਨ ਸਾਡੀ ਫੋਨ 'ਤੇ ਸੁਣਵਾਈ ਨਹੀਂ ਹੁੰਦੀ ਜੀ ਜੋ ਤੁਹਾਡੀ ਈਓ ਸਾਹਿਬ ਨਾਲ ਗੱਲ ਹੋਈ ਸੀ ਈਓ ਸਾਹਿਬ ਨੇ ਕੀ ਕਿਹਾ ਤੁਹਾਨੂੰ ਈਓ ਸਾਹਿਬ ਨੇ ਬੰਦਾ ਭੇਜਤਾ ਸੀ ਜੀ ਸਤਨਾਮ ਸਿੰਘ ਵੀ ਸਾਰੀਆਂ ਲਾਈਟਾਂ ਚੈੱਕ ਕਰ ਉਹ 'ਚੋਂ 16 ਲਾਈਟਾਂ 'ਚੋਂ 2 ਚੱਲਦੀਆਂ ਸੀ 2 ਤੋਂ ਫਿਰ 4 ਚੱਲੀਆਂ ਨੇ ਜੀ ਤੁਸੀਂ ਇੱਥੇ ਹੀ ਹੋ ਤੁਸੀਂ ਚੈੱਕ ਕਰ ਲਓ ਵੀ ਲਾਈਟਾਂ ਕਿੰਨੀਆਂ ਚੱਲਦੀਆਂ ਨੇ ਜੀ ਹੁਣ ਵੀ ਐਪਲੀਕੇਸ਼ਨ ਕਿੱਥੇ ਦਿੱਤੀ ਸੀ ਤੁਸੀਂ ਅਸੀਂ ਪਿਛਲੇ ਸਾਲ ਵੀ ਦਿੱਤੀ ਸੀ ਉਦੋਂ ਪਿਛਲੇ ਸਾਲ ਵੀ ਦਿੱਤੀ ਸੀ ਐਲ ਕੇ ਵੀ ਦਿੱਤੀ ਸੀ ਜੀ ਦਿੱਤੀ ਕਿੱਥੇ ਐਪਲੀਕੇਸ਼ਨ ਦਿੱਤੀ ਕਿੱਥੇ ਨਗਰ ਕੌਂਸਲ ਨਹੀਂ ਜੀ ਨਗਰ ਕੌਂਸਲ ਜੀ ਠੀਕ ਹੈ ਜੀ ਕੋਈ ਨੰਬਰ ਨਹੀਂ ਲਾ ਕੇ ਦਿੱਤਾ ਸਾਨੂੰ ਉਹਨਾਂ ਜੇ ਨੰਬਰ ਲਾ ਕੇ ਦਿੱਤਾ ਤਾਂ ਦਿੱਤਾ ਹੁੰਦਾ ਤਾਂ ਅਸੀਂ ਉਹਦਾ ਸਟੈਂਡ ਲੈਂਦੇ ਜੀ ਇੱਦਾਂ ਫੜ ਕੇ ਰੱਖ ਲੈਂਦੇ ਨੇ ਜੀ ਸਾਡੇ ਤੋਂ ਨਗਰ ਕੌਂਸਲ ਦਾ ਕਹਿਣਾ ਵੀ ਅਸੀਂ ਸਾਰਾ ਕੁਝ ਸਟੇਡੀਅਮ ਦੇ ਵਿੱਚ ਲਾਈਟਾਂ ਵਗੈਰਾ ਹੋਰ ਪਾਣੀ ਦਾ ਜਾਂ ਪ੍ਰਬੰਧ ਕੀਤਾ ਹੋਇਆ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਆ ਤੁਹਾਡੇ ਸਾਹਮਣੇ ਆ ਜੀ ਕੀ ਪ੍ਰਬੰਧ ਆ ਜੀ ਇੱਕ ਆਪਣੇ ਟੈਂਕੀ ਰੱਖੀ ਹੈ ਉਹਨਾਂ ਨੇ ਠੀਕ ਹੈ ਜੀ ਹੋਰ ਕੁਛ ਨਹੀਂ ਉਹ ਵੀ ਟੈਂਕੀ ਉੱਤੋਂ ਟੁੱਟੀ ਹੋਈ ਆ ਜੀ ਧੱਕਣ ਸਿਰ ਤਾਂ ਨਿਆਣੇ ਥੱਲੇ ਮੈਂ ਤਾਂ ਐਪਲੀਕੇਸ਼ਨ ਇੱਕ ਹੋਰ ਦੇਣੀ ਸੀ ਵੀ ਆਪਣਾ ਇੱਕ ਜਿੰਦਾ ਲੱਗਦਾ ਕਰੋ ਜੀ ਥੱਲੇ ਪੌੜੀਆਂ ਨੂੰ ਨਿਆਣੇ ਉੱਤੇ ਚੜ੍ਹਦੇ ਨੇ ਉੱਤੇ ਬੈਠ ਕੇ ਜਿਹੜੇ ਹੋਰ ਵੀ ਨੇ ਦੁਪਹਿਰ ਨੂੰ ਸਮੈਕ ਪੀਂਦੇ ਨੇ ਜੀ ਮੁੰਡੇ ਬੈਠ ਕੇ ਉੱਤੇ ਉਹ ਉੱਤੇ ਸਟੇਜ ਦੇ ਉੱਤੇ ਜੀ ਪਾਣੀ ਦਾ ਕੋਈ ਇੱਦਾਂ ਦਾ ਪ੍ਰਬੰਧ ਨਹੀਂ ਜਿਹੜਾ ਸਾਡੇ ਗਰਾਊਂਡ ਨੂੰ ਪਾਣੀ ਲੱਗਣਾ ਚਾਹੀਦਾ ਉਹ ਵੀ ਕੋਈ ਪ੍ਰਬੰਧ ਨਹੀਂ ਸਾਡੇ ਸਿਸਟਮ ਇਹ ਆ ਕਿ ਸਾਨੂੰ ਜਿਹੜੇ ਪਲੇਅਰ ਨੇ ਘਰੋਂ ਲੇਟ ਆਉਂਦੇ ਨੇ ਇੱਥੇ ਆਣ ਕੇ ਲੈਟਰਿੰਗ ਬਾਥਰੂਮ ਉਹਨਾਂ ਨੂੰ ਜ਼ਰੂਰੀ ਹੈ ਜੀ ਠੀਕ ਹੈ ਜੀ ਅਤੇ ਉਹਨਾਂ ਕੋਲ ਇੱਥੇ ਕੋਈ ਸਹੂਲਤ ਨਹੀਂ ਹੈਗੀ ਲੈਟਰਿੰਗ ਬਾਥਰੂਮ ਦੀ ਜਿਹੜੇ ਤੁਹਾਡੇ ਤੁਸੀਂ ਨਸ਼ਾ ਕਰਨ ਆਉਂਦੇ ਨੇ ਤੁਸੀਂ ਕਦੇ ਉਹਨਾਂ ਨੂੰ ਰੋਕਿਆ ਜੀ ਬਹੁਤ ਵਾਰੀ ਜੀ ਸਾਡੀਆਂ ਲੜਾਈਆਂ ਹੋਈਆਂ ਨੇ ਸਾਡੀਆਂ ਬੈਰ ਪਏ ਹੋਏ ਨੇ ਜੀ ਤੁਸੀਂ ਪੁੱਛ ਕੇ ਦੇਖੋ ਵੀ ਸਾਡਾ ਕੀ ਨਹੀਂ ਹੁੰਦਾ ਉਰੇ ਅਸੀਂ ਸਟੈਂਡ ਲੈਂਦੇ ਹਾਂ ਲੇਕਿਨ ਰਾਤ ਨੂੰ ਇੱਥੇ ਅੱਜ ਹੀ ਰਾਤ ਨੂੰ ਤੁਹਾਨੂੰ ਦਿਖਾ ਦੂੰਗਾ ਵੀ ਬੰਦੇ ਦਾਰੂ ਪੀਂਦੇ ਨੇ ਜੀ ਭਾਈ ਤੁਸੀਂ ਹੋਰ ਛੱਡੋ ਜੀ ਕੱਲ੍ਹ ਦੁਪਹਿਰੇ ਆਓ ਮੇਰੇ ਕੋਲ ਤੁਹਾਨੂੰ ਸਮੈਕ ਪੀਂਦੇ ਦਿਖਾ ਦਿਆਂਗੇ ਬੰਦੇ ਜੀ ਕੀ ਕੀਤਾ ਜਾਵੇ ਜੀ ਸਾਡਾ ਫਿਰ ਉਹ ਸਾਡੇ ਨਾਲ ਦੁਸ਼ਮਣੀਆਂ ਪੈਂਦੀਆਂ ਨੇ ਜੀ ਪੁਸ਼ਪਿੰਦਰ ਸਿੰਘ ਨਾਮ ਹੈ ਜੀ ਤੁਸੀਂ ਗਰਾਊਂਡ 'ਚ ਕਿੰਨੇ ਚਿਰ ਤੋਂ ਆ ਰਹੇ ਹੋ ਮੈਨੂੰ ਜੀ ਤਕਰੀਬਨ 4-5 ਸਾਲ ਹੋ ਗਈ ਇੱਥੇ ਮੈਂ ਫੁੱਟਬਾਲ ਦਾ ਪਲੇਅਰ ਆਈ ਇੱਥੇ ਫੁੱਟਬਾਲ ਖੇਡਦਾ ਹਾਂ ਸਾਡੀ ਸਾਰੀ ਟੀਮ ਹੈ ਜੀ ਇੱਥੇ ਤੁਹਾਨੂੰ ਗਰਾਊਂਡ 'ਚ ਕੀ ਕਮੀਆਂ ਪੇਸ਼ੀਆਂ ਆ ਰਹੀਆਂ ਜੀ ਗਰਾਊਂਡ 'ਚ ਆਪਣੇ ਤਾਂ ਪਹਿਲਾਂ ਤਾਂ ਹੀ ਲਾਈਟਾਂ ਨਹੀਂ ਚੱਲਦੀਆਂ ਇੱਥੇ ਕੋਈ ਅਸੀਂ ਸਾਡੇ ਨਾਲ ਮੁੰਡੇ ਸਾਰੇ ਕੰਮਾਂ ਕਾਰਾਂ ਵਾਲੇ ਨੇ ਉਹ ਲੇਟ ਆਉਣ ਕਰਕੇ ਅਸੀਂ ਲੇਟ ਗੇਮ ਖੇਡਦੇ ਹਾਂ ਇੱਥੇ ਲਾਈਟਾਂ ਨਹੀਂ ਚੱਲਦੀਆਂ ਹੁਣ ਤੁਸੀਂ ਉਹ ਦਿਖਾ ਸਕਦੇ ਹੋ ਉੱਥੇ ਸਿਰਫ 2 ਲਾਈਟਾਂ ਚੱਲ ਰਹੀਆਂ ਨੇ ਉਹਦੇ ਕਰਕੇ ਸਾਨੂੰ ਬੜੀ ਪਰੇਸ਼ਾਨੀ ਹੁੰਦੀ ਹੈ ਰਾਤ ਨੂੰ ਖੇਡਣ ਨੂੰ ਵੀ ਆਹੀ ਗੱਲ ਤੇ ਹੋਰ ਇੱਥੇ ਤੁਹਾਨੂੰ ਗਰਾਊਂਡ 'ਚ ਕੋਈ ਲੈਟਰਿੰਗ ਬਾਥਰੂਮ ਦੀ ਕੋਈ ਕਮੀ ਪੇਸ਼ੀ ਜਾਂ ਲੈਟਰਿੰਗ ਬਾਥਰੂਮ ਤਾਂ ਜਮੀ ਨਹੀਂ ਹੈ ਜੀ ਤੁਸੀਂ ਆਪ ਵੀ ਦੇਖ ਸਕਦੇ ਹੋ ਇੱਥੇ ਕੋਈ ਸਹੂਲਤ ਨਹੀਂ ਹੈਗੀ ਲੈਟਰਿੰਗ ਬਾਥਰੂਮ ਦੀ ਲੋਕ ਨਸ਼ੇ ਕਰਦੇ ਨੇ ਜੀ ਪਿੱਛੇ ਇੱਥੇ ਤੁਹਾਡੇ ਸਾਹਮਣੇ ਜੀ ਸਾਰਾ ਸਮਾਨ ਤੁਸੀਂ ਦੇਖਿਆ ਹੋਊਗਾ ਬੋਤਲਾਂ ਗਿਰੀਆਂ ਹੋਈਆਂ ਨੇ ਜੀ ਟੀਕੇ ਗਿਰੇ ਹੋਏ ਨੇ ਬਾਕੀ ਆਹ ਦੇਖ ਸਕਦੇ ਹੋ ਤੁਸੀਂ ਗਰਾਊਂਡ ਦਾ ਹਾਲ ਕਿ ਜਿਹੜਾ ਵੀ ਮਾੜਾ ਮੋਟਾ ਹੁੰਦਾ ਜੀ ਕੰਮ ਅਸੀਂ ਮੁੰਡੇ ਇਕੱਠੇ ਹੋ ਕੇ ਸਾਰਾ ਕਰਦੇ ਨੇ ਜੀ ਮੋਟਰ ਵੀ ਅਸੀਂ ਸਾਰੇ ਮੁੰਡਿਆਂ ਨੇ ਇਕੱਠੇ ਹੋ ਕੇ ਸਹਿਯੋਗ ਕਰਕੇ ਲਈ ਹੈ ਜੀ ਤੁਸੀਂ ਪ੍ਰਸ਼ਾਸਨ ਨੂੰ ਕੁਛ ਆਪਣੀਆਂ ਦੱਸੀਆਂ ਜੀ ਆਪਣੀ ਐਪਲੀਕੇਸ਼ਨ ਦਿੱਤੀ ਹਾਂਜੀ ਸਾਡੇ ਗਰਾਊਂਡ 'ਚ ਅੱਗੇ ਹੈਗੇ ਨੇ ਮਨਜੋਤ ਬਿਰਾਈ ਟੋਨੀ ਕੋਚ ਜੀ ਹੋ ਗਏ ਇਹਨਾਂ ਨੂੰ ਅਸੀਂ ਦੱਸਿਆ ਜੀ ਹੁਣ ਇਹੀ ਮੂਹਰੇ ਨੇ ਇਹੀ ਗੱਲ ਕਰਨਗੇ ਇਹਨਾਂ ਨੇ ਐਪਲੀਕੇਸ਼ਨਾਂ ਵੀ ਦਿੱਤੀਆਂ ਨੇ ਬਾਕੀ ਇਹ ਕਹਿੰਦੇ ਅਸੀਂ ਸਭ ਕੁਝ ਦਿੱਤਾ ਜੀ ਕਿੱਥੋਂ ਰਹਿਣ ਵਾਲੇ ਮਛਵੜ ਸਾਹਿਬ ਦੇ ਰਹਿਣ ਵਾਲੇ ਆ ਜੀ ਗਰਾਊਂਡ 'ਚ ਕਦੋਂ ਕਦੋਂ ਆਉਂਦੇ ਤੁਸੀਂ ਗਰਾਊਂਡ 'ਚ ਸ਼ੁਰੂ ਤੋਂ ਹੀ ਆਉਂਦੇ ਆ ਜੀ ਜਦੋਂ ਅਸੀਂ 10th 'ਚ ਪੜ੍ਹਦੇ ਸੀਗੇ ਉਦੋਂ ਤੋਂ ਹੀ ਮਤਲਬ ਰੋਜ਼ਾਨਾ ਗੇਮ ਅਸੀਂ ਲਾਉਂਦੇ ਹੀ ਲਾਉਂਦੇ ਆ ਇੱਥੇ ਰੋਜ਼ ਆਈਦਾ ਹੀ ਆਈਦਾ ਵਾ
ਗਰਾਊਂਡ 'ਚ ਤੁਹਾਨੂੰ ਕੀ ਕਮੀਆਂ ਪੇਸ਼ੀਆਂ ਆ ਰਹੀਆਂ? ਗਰਾਊਂਡ 'ਚ ਦੇਖੋ ਜੀ, ਸਭ ਤੋਂ ਮੇਨ ਚੀਜ਼ ਜਿਹੜੀ ਗਰਾਊਂਡ ਦੀ ਦਿੱਖ ਵਧੀਆ ਹੋਣੀ ਚਾਹੀਦੀ ਆ, ਜਦੋਂ ਕੋਈ ਵੀ ਬੱਚਾ ਆਵੇ ਉਹਦਾ ਆਉਣ ਨੂੰ ਜੀ ਕਰੇ, ਰੋਜ਼ ਦੀ ਰੋਜ਼ ਉਹ ਆਵੇ। ਸੋ ਦਿੱਖ ਇੰਨੀ ਕੁ ਮਾੜੀ ਆ, ਜਦੋਂ ਇੱਥੇ ਮੀਂਹ ਪੈ ਜਾਂਦਾ ਨਾ, ਇੱਥੇ ਇੰਨਾ ਇੰਨਾ ਪਾਣੀ ਖੜਾ ਹੋ ਜਾਂਦਾ ਵੀ 5-6 ਦਿਨ ਨੌਜਵਾਨ ਖੇਡ ਨਹੀਂ ਸਕਦੇ। ਜਿਹਦੀ ਰੋਜ਼ ਰੂਟੀਨ ਹੁੰਦੀ ਆ ਗੇੜੇ ਲਾਉਣ ਦੀ ਜਾਂ ਖੇਡਣ ਦੀ, ਉਹ 5-6 ਦਿਨ ਉਹਨਾਂ ਦੀ ਗੇਮ ਨਹੀਂ ਲੱਗਦੀ। ਸੋ ਇਹਦੇ 'ਚ ਇੰਨਾ ਪਾਣੀ ਜਮ੍ਹਾਂ ਹੋ ਜਾਂਦਾ ਵਾ, ਬੱਚੇ ਤਿਲਕ ਕੇ ਗਿਰਦੇ ਨੇ। ਨਾ ਇੱਥੇ ਕੋਈ ਲਾਈਟਾਂ ਦਾ ਵਧੀਆ ਪ੍ਰਬੰਧ ਆ, ਨਾ ਬੈਠਣ ਦਾ ਵਧੀਆ ਪ੍ਰਬੰਧ ਆ। ਇੱਥੇ ਪਹਿਲਾਂ ਸੱਪ ਵੀ ਬਹੁਤ ਦੇਖੇ ਗਏ ਆ, ਅੰਦਰ ਇੰਨੀ ਭੰਗ ਉੱਗ ਚੁੱਕੀ ਹੈ ਨਾ ਆਲੇ ਦੁਆਲੇ ਵੀ ਸੱਪ ਵੀ ਆ ਜਾਂਦੇ। ਮਤਲਬ ਬੱਚੇ ਜਿਹੜੇ ਛੋਟੇ ਛੋਟੇ ਨੇ ਅਤੇ ਇੱਥੇ ਨਸ਼ੇੜੀ ਟਾਈਪ ਦੇ ਜਿਹੜੇ ਮੁੰਡੇ ਨੇ ਉਹ ਵੀ ਇੱਥੇ ਆ ਕੇ ਰਾਤ ਨੂੰ ਨਸ਼ਾ ਕਰਦੇ ਨੇ। ਮਤਲਬ ਕੋਈ ਪ੍ਰਬੰਧ ਨਹੀਂ ਹੈਗਾ ਇੱਥੇ ਜਿਹਨਾਂ ਨਾਲ ਆਪਾਂ ਆਪਣੇ ਨੌਜਵਾਨਾਂ ਨੂੰ ਸੇਧ ਦੇ ਸਕੀਏ, ਬੱਚਿਆਂ ਨੂੰ ਆਪਾਂ ਕੀ ਸਿਖਾਵਾਂਗੇ ਜਦੋਂ ਇੱਥੇ ਇੰਨਾ ਮਤਲਬ ਖਰਾਬੀ ਆ ਰਹੀ ਆ। ਜਿਵੇਂ ਜਿਵੇਂ ਨੌਜਵਾਨ ਇੱਥੇ ਆਉਂਦੇ ਆ ਨਸ਼ੇੜੀ, ਛੋਟੇ ਬੱਚੇ ਉੱਥੇ ਖੇਡਦੇ ਰਹਿੰਦੇ ਆ, ਉਹ ਇੱਥੇ ਸਿਗਰਟਾਂ ਵੀਡੀਓ ਪੀਂਦੇ ਰਹਿੰਦੇ ਬਾਹਰ ਖੜ ਕੇ, ਸੋ ਜਿਹੜੇ ਬੱਚਿਆਂ 'ਤੇ ਕੀ ਪ੍ਰਭਾਵ ਪੈਂਦਾ। ਸੋ ਆਪਣੇ ਜਿਹੜੇ ਮਿਊਂਸੀਪਲ ਕਮੇਟੀ ਨੂੰ ਵੀ ਥੋੜ੍ਹਾ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਵਾ ਵੀ ਇੱਥੇ ਗਰਾਊਂਡ ਨੂੰ ਵਧੀਆ ਦਿੱਖ ਬਣਾਈ ਜਾਵੇ ਤਾਂ ਜੋ ਬੱਚਿਆਂ ਦਾ ਇੱਥੇ ਆ ਕੇ ਜੀ ਲੱਗੇ ਅਤੇ ਨਸ਼ਿਆਂ ਤੋਂ ਉਹ ਦੂਰ ਜਾਣ। ਕਿੰਨੇ ਚਿਰ ਤੋਂ ਆਉਂਦੇ ਹੋ ਅਤੇ ਕੀ ਬੱਚਿਆਂ? ਸਾਨੂੰ 1.5 ਸਾਲ ਹੋ ਗਿਆ, ਅਸੀਂ ਆਪ ਹੀ ਗਰਾਊਂਡ ਤਿਆਰ ਕਰਾਇਆ ਹੈ, ਸਾਰੀਆਂ ਚੀਜ਼ਾਂ ਬੱਚਿਆਂ ਨੂੰ ਅਸੀਂ ਆਪ ਹੀ ਪ੍ਰੋਵਾਈਡ ਕਰਾਉਂਦੇ, ਪਰ ਸਾਨੂੰ ਕਮੇਟੀ ਵੱਲੋਂ ਵੀ ਥੋੜ੍ਹਾ ਜਿਹਾ ਸਹਿਯੋਗ ਮਿਲਣਾ ਚਾਹੀਦਾ ਤਾਂ ਕਿ ਹੋਰ ਕ੍ਰਿਕਟ ਵਾਲੇ, ਹਾਕੀ ਵਾਲੇ, ਵਾਲੀਬਾਲ, ਕਬੱਡੀ ਵਾਲੇ ਬੱਚਿਆਂ ਨੂੰ ਸਹੂਲਤਾਂ ਮਿਲਣੀ ਚਾਹੀਦੀਆਂ। ਕੀ ਚਾਹੁੰਦੇ ਹੋ ਪ੍ਰਸ਼ਾਸਨ ਵੱਲੋਂ ਤੁਸੀਂ? ਬਸ ਉਹ ਸਾਨੂੰ ਸਹਾਇਤਾ ਦੇਣ, ਬਾਕੀ ਅਸੀਂ ਆਪ ਵੀ ਕਰਦੇ ਹਾਂ ਗਰਾਊਂਡ ਦੀ ਰਿਪੇਅਰ ਪੂਰ ਕਰਾਉਣ ਸਾਰੇ ਪਾਸੇ। ਉੱਥੇ ਕੋਈ ਚੌਕੀਦਾਰ ਰੱਖਣ, ਇੱਥੇ ਨਸ਼ੇ ਕਰਨ ਵਾਲੇ ਸਰਿੰਜਾਂ ਪਈਆਂ ਪਿੱਛੇ। ਪ੍ਰਸ਼ਾਸਨ ਕਹਿੰਦਾ ਜੀ ਵੀ, ਨਗਰ ਕੌਂਸਲ ਕਹਿੰਦਾ ਵੀ ਇੱਥੇ ਅਸੀਂ ਮਾਲੀ ਰੱਖਿਆ ਹੋਇਆ ਜੀ, ਅਸੀਂ ਮਾਲੀ ਵੀ ਚਾਹੀਦਾ, ਇੱਕ ਚੌਕੀਦਾਰ ਵੀ ਚਾਹੀਦਾ ਜਿਹੜਾ ਵੀ ਹੈਗਾ ਵੀ ਉਹ ਦੇਖ ਰੇਖ ਕਰ ਰਿਹਾ ਜੀ। ਕੋਈ ਦੇਖ ਰੇਖ ਨਹੀਂ ਕਰਦਾ ਮਾਲੀ। ਸਰ ਤੁਸੀਂ ਨਗਰ ਕੌਂਸਲ ਜਾਂ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਕੀਤੀ? ਹਾਂ, ਅਸੀਂ ਮਿਲਿਆ ਉਹਨਾਂ ਨੂੰ ਹਾਕੀ ਬਾਰੇ ਵੀ, ਅਸੀਂ ਸਾਰੀਆਂ ਗੇਮਾਂ ਬਾਰੇ ਕਹਿੰਦੇ ਹਾਂ ਵੀ ਉਹਨਾਂ ਨੂੰ ਚਾਹੀਦਾ ਵੀ ਇੱਥੇ ਸਹੂਲਤਾਂ ਮੁਹੱਈਆ ਕਰਾਉਣ। ਬਾਕੀ ਅਸੀਂ ਤਾਂ ਹਾਕੀ ਬਾਰੇ, ਜਿਵੇਂ ਤੁਸੀਂ ਕ੍ਰਿਕਟ ਬਾਰੇ, ਇੱਥੇ ਟੀਮ ਹੈਗੀ ਕ੍ਰਿਕਟ ਦੀ, ਉਹ ਆਪ ਕਬੱਡੀ ਵਾਲੇ, ਤੁਸੀਂ ਕੋਚ ਸਾਹਿਬ ਹੋ, ਅਤੇ ਅਸੀਂ ਹਾਕੀ ਸਾਰੇ ਆਪਣੇ ਕੱਲੀ ਆ ਗਰਾਊਂਡ ਤਿਆਰ ਕਰਾਇਆ, ਆਪਣੇ ਕੱਲੀ ਬੱਚਿਆਂ ਨੂੰ ਸਾਰੀਆਂ ਵਰਦੀਆਂ, ਹਾਕੀਆਂ, ਬੋਲਾਂ ਅਸੀਂ ਆਪਣੇ ਵੱਲੋਂ ਹੀ ਦਿੰਦੇ ਹਾਂ। ਜਦਕਿ ਚਾਹੀਦਾ ਸਰਕਾਰ ਵੱਲੋਂ ਆ ਜਾਂ ਕਮੇਟੀ ਵੱਲੋਂ, ਸਾਨੂੰ ਪ੍ਰਸ਼ਾਸਨ ਵੱਲੋਂ ਮਦਦ ਚਾਹੀਦੀ। ਪ੍ਰਸ਼ਾਸਨ ਵੱਲੋਂ ਤੁਹਾਨੂੰ ਕੁਛ ਨਹੀਂ ਮਿਲਿਆ ਜੀ? ਨਹੀਂ, ਹਾਲੇ ਤੱਕ ਤਾਂ ਨਹੀਂ ਕੁਛ ਮਿਲਿਆ ਜੀ। ਸਰ, ਜਿਹੜਾ ਸਟੇਡੀਅਮ ਆਪਣੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ 'ਤੇ, ਅਤੇ ਉੱਥੇ ਦੇ ਜਿਹੜੇ ਯਾਨੀ ਕਿ ਸੈਰ ਕਰਨ ਆਉਂਦੇ ਆ, ਖੇਡਣ ਬੱਚੇ ਆਉਂਦੇ, ਉਹਨਾਂ ਦਾ ਕਹਿਣਾ ਕਿ ਇੱਥੇ ਬਹੁਤ ਜ਼ਿਆਦਾ ਗੰਦ ਹੈਗਾ, ਵੀ ਇੱਥੇ ਲੋਕ ਨਸ਼ੇ ਦਾ ਸੇਵਨ ਵੀ ਕਰਦੇ, ਕੀ ਕਹਿਣਾ ਚਾਹੋਗੇ ਉਹਦੇ ਬਾਰੇ? ਸਫਾਈ ਤਾਂ ਅਸੀਂ ਰੈਗੂਲਰਲੀ ਕਰਵਾ ਰਹੇ ਹਾਂ ਉੱਥੇ, ਅਤੇ ਨਸ਼ੇ ਦੇ ਸੇਵਨ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਸੀਗੀ, ਹੁਣ ਤੁਸੀਂ ਦੱਸਿਆ ਤਾਂ ਅਸੀਂ ਉਹਦੇ ਵਿੱਚ ਕਾਰਵਾਈ ਕਰਾਂਗੇ, ਪੁਲਿਸ ਨੂੰ ਵੀ ਉਹਦੇ ਬਾਰੇ ਲਿਖਾਂਗੇ, ਅਤੇ ਉਸ ਚੀਜ਼ ਨੂੰ ਅਸੀਂ ਨਕੇਲ ਪਾਵਾਂਗੇ ਰੋਕਾਂਗੇ। ਸਰ, ਇੱਕ ਉੱਥੇ ਓਪਨ ਲੈਟਰਿੰਗ ਬਾਥਰੂਮ ਨਹੀਂ ਹੈਗਾ, ਕਿਉਂਕਿ ਜਿਹੜੇ ਸਵੇਰੇ ਸ਼ਾਮ ਉੱਥੇ ਸੈਰ ਕਰਨ ਲਈ ਆਉਂਦੇ ਨੇ ਜਾਂ ਪਲੇਅਰ ਖੇਡਦੇ ਆ, ਉਹਨਾਂ ਲਈ ਇਹ ਚੀਜ਼ ਦੀ ਸਭ ਤੋਂ ਬਹੁਤ ਵੱਡੀ ਪ੍ਰੋਬਲਮ ਹੈ ਸਰ। ਲੈਟਰਿੰਗ ਅਸੀਂ ਜਿਮ ਦੇ ਨਾਲ ਬਣਾਈ ਹੋਈ ਹੈ, ਅਤੇ ਉਹ 24 ਘੰਟੇ ਨਹੀਂ ਖੁੱਲ੍ਹਦੀ ਹੈਗੀ, ਜਿਸ ਟਾਈਮ ਬੱਚੇ ਆਉਂਦੇ ਨੇ ਉਸ ਟਾਈਮ ਖੁੱਲ੍ਹੀ ਰਹਿੰਦੀ ਹੈ, ਅਤੇ ਓਪਨ ਦੀ ਜਿਹੜੀ ਤੁਹਾਡੀ ਡਿਮਾਂਡ ਹੈਗੀ, ਅਸੀਂ ਉਹ ਵੀ ਜਲਦੀ ਪੂਰੀ ਕਰਨ ਜਾ ਰਹੇ ਹਾਂ, ਉਹਨੂੰ ਵੀ ਅਸੀਂ ਬਣਾ ਦਾਂਗੇ। ਲਾਈਟਾਂ ਜਿਹੜੀਆਂ ਹੈਗੀਆਂ ਸਰ, ਉਹ 2 ਜਾਂ 4 ਲਾਈਟਾਂ ਹੀ ਚੱਲ ਰਹੀਆਂ, ਕਿਉਂਕਿ ਸਵੇਰ ਟਾਈਮ ਜਿਹੜੇ ਸੈਰ ਕਰਨ ਆਉਂਦੇ ਆ ਉਹਨਾਂ ਨੂੰ ਬੜੀ ਦਿੱਕਤ ਆਉਂਦੀ ਹੈ, ਕੀ ਕਹਿਣਾ ਚਾਹੋਗੇ? ਨਹੀਂ, ਲਾਈਟਾਂ ਦਾ ਜਦੋਂ ਸਾਨੂੰ ਕੋਈ ਇਨਫੋਰਮੇਸ਼ਨ ਆਉਂਦੀ ਹੈ ਵੀ ਕੋਈ ਖਰਾਬ ਹੋ ਗਈ, ਅਸੀਂ ਉਹ ਰਿਪਲੇਸ ਕਰਾ ਦਿੰਦੇ ਹਾਂ, ਹੁਣ ਤੁਸੀਂ ਦੱਸਿਆ ਅਤੇ ਉਹ ਵੀ ਅਸੀਂ ਰਿਪਲੇਸ ਕਰਾ ਦਾਂਗੇ, ਇਹਦਾ ਰੂਟੀਨ ਦਾ ਕੰਮ ਚੱਲਦਾ ਹੀ ਰਹਿੰਦਾ ਸਾਡੇ ਕੋਲ। ਇੱਕ ਸਰ, ਜਿਹੜਾ ਪਾਣੀ ਦੇ ਨਿਕਾਸੀ ਵਾਲਾ ਸੀਵਰੇਜ ਲੰਘ ਰਿਹਾ ਉੱਥੋਂ ਬੈਕ ਸਾਈਡ ਤੋਂ ਜੀ, ਪੌੜੀਆਂ ਦੇ ਬੈਕ ਸਾਈਡ ਤੋਂ, ਅਤੇ ਉਹ ਸਰ ਬੰਦ ਆ ਨਾ, ਉਹਦੇ 'ਤੇ ਕੋਈ ਢੱਕਣ ਆ ਜੀ, ਬਿਲਕੁਲ ਇਹ ਬੰਦ ਹੋਇਆ, ਬਲੌਕ ਹੋਇਆ ਪਿਆ ਜੀ। ਅੱਛਾ, ਉਹ ਵੀ ਖੁਲਵਾ ਦਿੰਦੇ ਹਾਂ, ਕੋਈ ਇੱਦਾਂ ਦੀ ਇਸ਼ੂ ਨਹੀਂ ਹੈ। ਜਿਹੜੀ ਉੱਥੇ ਜੜੀ ਬੂਟੀ ਵਗੈਰਾ ਹੋਰ ਬੜਾ ਗੰਦ ਹੈਗਾ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕਦੋਂ ਤੱਕ ਉਹਦੀ ਸਫਾਈ ਹੋਊਗੀ? ਇਹ ਤਾਂ ਅਸੀਂ ਰੈਗੂਲਰਲੀ ਕਰਵਾਉਂਦੇ ਰਹਿੰਦੇ ਹਾਂ, ਫਿਰ ਵੀ ਜਦ ਕੋਈ ਹੈਗੀ ਇੱਦਾਂ ਦੀ ਤਾਂ ਅਸੀਂ 1-2 ਦਿਨ 'ਚ ਹੀ ਕਰਾ ਦਾਂਗੇ, ਇਹਦਾ ਰੈਗੂਲਰ ਸਾਡਾ ਮੁਹਿੰਮ ਚੱਲਦੀ ਰਹਿੰਦੀ ਹੈ। ਸਰ, ਜਿਵੇਂ ਉੱਥੇ ਲੋਕ ਜੀ ਕਈ ਆਉਂਦੇ ਨੇ, ਕਹਿੰਦੇ ਜੀ ਸਟੇਡੀਅਮ ਨੂੰ ਇੱਕ ਤਰ੍ਹਾਂ ਦਾ ਨਸ਼ੇ ਦਾ ਅੱਡਾ ਬਣਾਇਆ ਹੋਇਆ ਉੱਥੇ, ਸਾਡੇ ਦੇਖਣ ਦੇ ਮੁਤਾਬਕ ਜੀ, ਜੋ ਵੀ ਸਾਡੇ ਕੈਮਰੇ ਨੇ ਉੱਥੇ ਜਾ ਕੇ ਕੈਦ ਕੀਤਾ ਆ ਜੀ, ਅਤੇ ਉਸ ਬਾਰੇ ਤੁਸੀਂ ਕੀ ਕਹੋਗੇ ਜੀ? ਇਹ ਕੰਪਲੇਂਟ ਸਾਡੇ ਕੋਲ ਪਹਿਲਾਂ ਵੀ ਆਈ ਸੀਗੀ, ਅਤੇ ਅਸੀਂ ਪੁਲਿਸ ਨੂੰ ਲਿਖਿਆ ਸੀਗਾ, ਉਸ ਟਾਈਮ ਪੁਲਿਸ ਚੱਕਰ ਲਗਾਉਣ ਲੱਗ ਗਈ ਸੀ, ਅਤੇ ਉਹ ਚੀਜ਼ ਬਿਲਕੁਲ ਬੰਦ ਹੋ ਗਈ ਸੀਗੀ, ਅਤੇ ਹੁਣ ਤੁਸੀਂ ਦੱਸ ਰਹੇ ਹੋ ਅਤੇ ਦੁਬਾਰਾ ਹੋ ਇਹ ਪ੍ਰੋਬਲਮ ਆ ਗਈ ਹੈ, ਅਤੇ ਅਸੀਂ ਫਿਰ ਦੁਬਾਰਾ ਪੁਲਿਸ ਨੂੰ ਲਿਖਾਂਗੇ, ਅਤੇ ਅਸੀਂ ਆਪ ਵੀ ਖਿਆਲ ਰੱਖਾਂਗੇ ਇਸ ਚੀਜ਼ ਦਾ, ਅਤੇ ਉਸ ਚੀਜ਼ ਨੂੰ ਬਿਲਕੁਲ ਬੰਦ ਕਰਾਂਗੇ। ਸਰ, ਇੱਕ ਜਿਹੜੀ ਜਿੰਮ ਆ, ਜਿੰਮ ਦਾ ਅੰਦਰੋਂ ਬਹੁਤ ਹੀ ਯਾਨੀ ਕਿ ਮਾੜਾ ਹਾਲ ਆ ਜੀ, ਜਿੰਦਾ ਲੱਗਿਆ ਪਿਆ, ਅੰਦਰ ਭਰਿੰਡਾਂ ਦੇ ਖੱਖੜ ਲੱਗੇ ਹੋਏ ਨੇ। ਜਿਮ ਜਿਹੜੀ ਹੈ ਨਾ ਕਾਫੀ ਪੁਰਾਣੀ, ਇਹਦੇ 'ਚ ਮਸ਼ੀਨਰੀ ਕਾਫੀ ਪੁਰਾਣੀ ਪਈ ਹੈ, ਉਹਨੂੰ ਰਿਪਲੇਸ ਕਰਨ ਦਾ ਸਾਡਾ ਅਸੀਂ ਮਤਾ ਪਾਸ ਕਰਤਾ ਹੈਗਾ, ਔਰ ਉਹ ਮਸ਼ੀਨਰੀ ਅਸੀਂ ਦੁਬਾਰਾ ਰਿਪਲੇਸ ਕਰਾਂਗੇ, ਔਰ ਜਿਹੜੀ ਸਾਫ਼ ਸਫਾਈ ਦਾ ਕੰਮ ਹੈ ਉਹ ਮੈਂ ਆਪ ਜਾ ਕੇ 1-2 ਦਿਨ 'ਚ